हम बेनती करता हाँ कि मेरे वीर खालसा लखवीर सिंह आप जी को प्रचार करने वास्ते डॉक्टर शोर सिंह जी जो होना बारे सन्नूदर होना चाहते हैं बेनती है कि आप उन्होंने सब करके कृपा करें। सोहन सिंह जोश सरदार सोहन सिंह जी जोश केन्यावी पंजाबी कवि सभा कीनिया के सब तो पुराने मैंबर संस्थापक ते पहले प्रधान रहे ने। ईस्ट अफ्रीका विच जोश होरां दा घरेलू शह बन चुके सन। इस स्टेज के बादशाह ते कवि दरबारां दी जिंद जान सन। ये हाजिर ना होण तां कीनिया विच कोई भी कवि दरबार संपूर्ण नहीं सी, अधूरे लगदे सन। जोश साहिब गीत गज़ल ते हर तरह की कविता लिखदे लैंदे अते पंजाबी उर्दू दी भाषावां च लिखण वाले शायर सन। इन्हां दियां कवितावां गुंगी धरती तुप शाम ते समय दी अख आदि कई संगीत छप चुके सन अते इन्हां दे लिखे गाणियां ते कई रिकॉर्ड तैयार होके अफ्रीका इंग्लैंड भारत कनेडा ते अमरीका आदि देशां विच हर मन प्यारे रह चुके हैं। इन्हां दे बहुते गीत दविंदर मरजारा दीदार सिंह परदेसी इंग्लैंड दे अलाप ग्रुप वाले चन्नी अते प्रसिद्ध गीतकार गुरदास मान दे गाए हुए हैं, पर इन्हां नूं सब तो वध प्रसिद्धि देण वाले चन्नी द्वारा गाए इन्हां दे कई मशहूर गीत हुण तक याद किते जांदे ने ते सुने भी जांदे ने। सोहन सिंह जोश होना का जन्म 1925 पंजाब विखे होया। उन्होंने फादर उन्होंने पिता कीनिया आए कीनिया रेलवे काम करने लई 1947 बटवारे तो पहला पंजाब के बटवारे तो पहला ही वो देख चुके सन के इन्हों का दिल टुटन वाला है, तो वह भी कीनिया आ गए अपने पिता जी नाल रहन। इत्थे आ के उन्होंने इंजीनियर का काम सीखिया, पढ़े नहीं, पढ़न का शौक नहीं सी, पर इंजीनियर बने बहुत प्रसिद्ध। ते नाल ही नाल उन्होंने कविता गीतां ते संगीता विच उन्होंने दिलचस्पी लिती। उन्होंने एक बारी स्टेज ते उन्होंने एक कविता सुनाई जिन्हों सुन के पंडित लक्ष्मी नारायण ने उन्होंने सम्मानित किया जोश के नाम के नाल, क्योंकि उन्होंने तरीका बड़ा जोशीला सी, दम सी उहदे विच। सोहन सिंह जोश जी ने कीनिया ब्रॉडकास्टिंग कोऑपरेशन जिहदा नाम पहला वॉइस ऑफ कीनिया सी उहदे विच गीत गाए गज़ल ते गुरबाणी कीर्तन। ਵਿਆਹ ਸ਼ਾਦੀਆਂ 'ਚ ਉਹ ਆਪਣੇ ਨਜ਼ਮ ਗਾਉਂਦੇ ਹੁੰਦੇ ਸੀ ਸਹਿਰਾ ਅਤੇ ਡੋਲੀ, ਪਰ ਉਹ ਕਹਿੰਦੇ ਸਨ ਕਿ ਮੈਂ ਪੈਸੇ ਕਮਾਉਣ ਵਾਸਤੇ ਆਪਣੇ ਗੀਤ ਨਹੀਂ ਗਾਉਂਦਾ ਜਾਂ ਆਪਣੀ ਲਿਖਤਾਂ ਨਹੀਂ ਲਿਖਦਾ, ਇਹ ਤਾਂ ਮੇਰੇ ਸੰਤਾਨ ਨੇ। ਉਹਨਾਂ ਨੇ ਪੰਜਾਬੀ ਕਵੀ ਸਭਾ ਨਰੋਪੀ ਵਿੱਚ 1967 ਵਿੱਚ ਉਸਦੀ ਸਥਾਪਨਾ ਕੀਤੀ, ਜਿਸ ਦਾ ਮਕਸਦ ਸੀ ਪੰਜਾਬੀ ਸੱਭਿਆਚਾਰ ਕਵਿਤਾਵਾਂ ਲੇਖ ਅਤੇ ਪਰੰਪਰਾ ਨੂੰ ਅਹਿਮੀਅਤ ਦੇਣੀ, ਜਿਸ ਪੰਜਾਬੀ ਭਾਸ਼ਾ ਦੀ ਸਾਂਝਾ ਰਿਸ਼ਤਾ ਸਿੱਖਾਂ ਹਿੰਦੂਆਂ ਅਤੇ ਮੁਸਲਮਾਨਾਂ ਦਾ ਹੈ,
ਅਤੇ ਪੰਜਾਬੀ ਭਾਸ਼ਾ ਵਿੱਚ ਕੋਈ ਭੇਦਭਾਵ ਨਹੀਂ, ਰੂਪ ਰੰਗ ਨਹੀਂ ਅਤੇ ਧਰਮ ਮਜ਼ਹਬ ਨਹੀਂ। ਪੰਜਾਬੀ ਕਵੀ ਸਭਾ ਦੇ ਸਭ ਤੋਂ ਮੁੱਢਲੇ ਅਤੇ ਮਸ਼ਹੂਰ ਕਵੀ ਸਨ ਸੋਹਣ ਸਿੰਘ ਜੋਸ਼, ਬਲਬੀਰ ਕੌਰ ਵਾਲੀਆ, ਚਮਨ ਲਾਲ ਚਮਨ, ਰਾਮ ਸਰੂਪ ਸ਼ਾਰਦਾ, ਗਿਆਨੀ ਗੁਪਤ, ਵਿਜੇ ਕੁਮਾਰ ਅਰੁਣ, ਦੀਦਾਰ ਸਿੰਘ ਪਰਦੇਸੀ, ਹਰਵਿੰਦਰ ਰਵਲ, ਰਾਗੀ ਸੀਤਲ ਸਿੰਘ ਸਿਤਾਰਾ, ਚਰਨ ਸਿੰਘ ਚਰਨ, ਰਾਗੀ ਅਜੀਤ ਸਿੰਘ ਮੁਤਲਾਸ਼ੀ, ਜੁੱਗਾ ਸਿੰਘ ਦਿਲਬਰ, ਗਿਆਨੀ ਬੇਅੰਤ ਸਿੰਘ ਬਿਜਲੀ, ਕੇਹਰ ਸਿੰਘ ਮਠਾਰੂ, ਸੋਹਣ ਸਿੰਘ ਵਿਲਖੂ, ਪਾਲ ਸਿੰਘ ਰੂਪ ਅਤੇ ਪ੍ਰਕਾਸ਼ ਸਿੰਘ ਸਿਆਨ। ਸੋਹਣ ਸਿੰਘ ਜੋਸ਼ ਦਾ ਇੱਕ ਪਿਆਰਾ ਲੇਖ ਹਾਜ਼ਰ ਹੈ ਜੋ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ 500 ਸਾਲਾ ਪ੍ਰਕਾਸ਼ ਦਿਹਾੜੇ 'ਤੇ ਸਮਰਪਿਤ ਕੀਤਾ ਸੀ। ਕਿਸੇ ਮੰਗਿਆ ਮੁਕਤੀ ਦਾ ਦਾਨ ਇੱਥੋਂ, ਕਿਸੇ ਮੰਗਿਆ ਤਖ਼ਤ ਅਤੇ ਤਾਜ ਹੋਵੇ, ਕਿਸੇ ਮੰਗ ਲਿਆ ਧੀਆਂ ਅਤੇ ਪੁੱਤ ਇੱਥੋਂ, ਬਹੁਤਾ ਮੂਲ ਨਾਲੋਂ ਵਿਆਜ ਹੋਵੇ, ਕਿਸੇ ਆਖਿਆ ਮਾਲਕਾ ਸੁਣੀ ਮੇਰੀ, ਦੇਣ ਵਾਸਤੇ ਧੀ ਲਈ ਦਾਜ ਹੋਵੇ, ਕਿਸੇ ਸਬਰ ਅਤੇ ਸ਼ੁਕਰ ਦੀ ਮੰਗ ਮੰਗੀ, ਢਿੱਡ ਭਰਨ ਲਈ ਅਨਾਜ ਹੋਵੇ, ਨਾਨਕ ਨਿੱਕੀ ਜਿਹੀ ਮੰਗ ਸੀ ਮੇਰੀ ਤੇਥੋਂ, ਕਿਸੇ ਨਾਲ ਨਹਿ ਕਿਸੇ ਦਾ ਵੈਰ ਹੋਵੇ, ਹੱਥ ਜੋੜ ਕੇ ਤੇਥੋਂ ਇਹ ਮੰਗਿਆ ਸੀ, ਭਲਾ ਸਭ ਦਾ ਅਤੇ ਸਭ ਦੀ ਖੈਰ ਹੋਵੇ। ਬਹੁਤ ਅਤੇ ਅਣਗਿਣਤ ਪੁਰਸਕਾਰ ਅਤੇ ਰਿਕਾਰਡ ਕਮਾ ਕੇ ਸੋਹਣ ਸਿੰਘ ਜੋਸ਼ ਆਪਣੀ ਸੰਸਾਰਕ ਯਾਤਰਾ ਮੁਕੰਮਲ ਕਰਕੇ ਇਸ ਦੁਨੀਆ ਤੋਂ 87 ਸਾਲ ਦੀ ਉਮਰ ਵਿੱਚ 2012 ਵਿੱਚ ਅਕਾਲ ਚਲਾਣਾ ਕਰ ਗਏ। ਪੰਜਾਬੀ ਕਵੀ ਸਭਾ ਦੇ ਦੌਰ 35 ਸਾਲ ਲਗਾਤਾਰ ਚੱਲੇ ਅਤੇ ਉਹਨਾਂ ਯਾਦਾਂ ਵਿੱਚ ਸੋਹਣ ਸਿੰਘ ਜੋਸ਼ ਜੀ ਦਾ ਇੱਕ ਪਿਆਰਾ ਨਜ਼ਮ ਪੇਸ਼ ਕਰਕੇ ਇਸ ਸ਼ਰਧਾਂਜਲੀ ਦੀ ਸਮਾਪਤੀ ਕਰਦਾ ਹਾਂ, ਜਿਸ ਨੂੰ ਤੁਸੀਂ ਪਹਿਲਾਂ ਵੀ ਸੁਣਿਆ ਪਰ ਉਹ ਕਲੀਅਰ ਨਹੀਂ ਸੀ। ਕੌਣ ਲਿਖਦਾ ਇਹ ਗ੍ਰੰਥਾਂ ਨੂੰ ਜੇ ਇੱਥੇ ਸ਼ਾਇਰ ਨਾ ਹੁੰਦਾ, ਕੌਣ ਲਿਖਦਾ ਇਹਨਾਂ ਗ੍ਰੰਥਾਂ ਨੂੰ ਜੇ ਇੱਥੇ ਸ਼ਾਇਰ ਨਾ ਹੁੰਦਾ, ਗੀਤਾਂ ਨੂੰ ਪੜ੍ਹ ਪੜ੍ਹ ਦੁਨੀਆਂ ਵਿੱਚ ਪੰਡਿਤ ਇਹ ਰੁਤਬਾ ਨਾ ਪਾਉਂਦਾ, ਨਾ ਭਾਈ ਹੁੰਦੇ ਗੁਰਦੁਆਰਿਆਂ ਵਿੱਚ, ਨਾ ਮੁੱਲਾ ਹੁੰਦਾ ਮਸਜਿਦ ਵਿੱਚ, ਜੇ ਮਿੱਠੀ ਬੋਲੀ ਬੋਲ ਜੇ ਘਰੇ ਰੌਲਾ ਨਾ ਪਾਉਂਦਾ, ਤੈ ਵੇਦਾਂ ਨੂੰ ਪੜ੍ਹ ਕੇ ਵੇਖੋ ਤਾਂ ਇਹ ਕਵਿਤਾ ਨਹੀਂ, ਇਹ ਕਿਸੇ ਕਵੀ ਦਾ ਹਿਰਦਾ ਹੈ, ਕਿਸੇ ਕਵੀ ਦੀ ਧੀ ਹੈ, ਇਹ ਪੁੱਤਾਂ ਤੋਂ ਵੱਧ ਪਿਆਰ ਕਰੇ, ਇਹ ਪੁੱਤਾਂ ਤੋਂ ਵੱਧ ਪਿਆਰ ਕਰੇ, ਹਰ ਵੇਲੇ ਢਿੱਡ ਨਾਲ ਲਾਉਂਦਾ ਹੈ, ਹੋਰ ਵੱਖਰਾ ਭੇੜੀ ਤੋਂ ਇਹ ਦੁਨੀਆ ਹੋਰ ਵਸਾਉਂਦਾ ਹੈ, ਇਹ ਦੁਨੀਆ ਵਿੱਚ ਰਹਿੰਦਾ ਹੈ ਪਰ ਜਿਉਣ ਦਾ ਇਸ ਨੂੰ ਹੱਕ ਨਹੀਂ ਹੈ, ਇਹ ਦੁਨੀਆ ਦੇ ਵਿੱਚ ਰਹਿੰਦਾ ਹੈ ਪਰ ਇਸ ਨੂੰ ਜਿਉਣ ਦਾ ਹੱਕ ਨਹੀਂ ਹੈ, ਜੋ ਡਿੱਠਾ ਹੈ ਸੋ ਕਹਿਣਾ ਵਾਂ, ਇਸ ਗੱਲ ਦੇ ਅੰਦਰ ਸ਼ੱਕ ਕੋਈ ਨਹੀਂ, ਕਿਉਂ ਮੰਦਰ ਵਿੱਚ ਬਿਜਲੀ ਜਗਦੀ ਹੈ ਪਰ ਇਹਦੀ ਕੁੱਲੀ ਹਨੇਰਾ ਹੈ, ਮੰਦਰ ਵਿੱਚ ਬਿਜਲੀ ਜਗਦੀ ਹੈ ਪਰ ਇਹਦੀ ਕੁੱਲੀ ਹਨੇਰਾ ਹੈ, ਇਹ ਡੁੱਬਾ ਸੋਚ ਦੇ ਵਹਿਣਾ ਵਿੱਚ ਦੁੱਖਾਂ ਨੇ ਪਾਇਆ ਘੇਰਾ ਹੈ, ਇਹਨੂੰ ਲੁੱਟ ਕੇ ਦਾਤਾ ਬਣ ਬੈਠਾ ਹਰ ਦਰਦ ਅਤੇ ਇਹ ਸਵਾਲੀ ਹੈ, ਇਹਨੂੰ ਲੁੱਟ ਕੇ ਦਾਤਾ ਬਣ ਬੈਠਾ ਹਰ ਦਰਦ ਅਤੇ ਇਹ ਸਵਾਲੀ ਹੈ,
ਇਹ ਸਭ ਦਾ ਢਿੱਡ ਭਰ ਸਕਦਾ ਪਰ ਢਿੱਡੋਂ ਰਹਿੰਦਾ ਖਾਲੀ ਹੈ। ਵੀ ਸੱਤ ਮਾਰ ਕੇ ਬੋਧੀ ਨੂੰ ਅੱਜ ਪੰਡਿਤ ਢਿੱਡ ਵਧਾ ਬੈਠਾ ਹੈ। ਸੱਤ ਗੌਂਦੀ ਮਾਰ ਕੇ ਬੋਧੀ ਨੂੰ ਅੱਜ ਪੰਡਿਤ ਢਿੱਡ ਵਧਾ ਬੈਠਾ ਹੈ। ਕਿਸੇ ਸ਼ਾਇਰ ਦੇ ਸੁੱਤੇ ਕਬਰ ਉੱਤੇ ਸੋਨੇ ਦਾ ਮਹਿਲ ਬਣਾ ਬੈਠਾ ਹੈ। ਜੇ ਮੁੱਲਾਂ ਨੂੰ ਆਖੇ, ਮੁੱਲਾਂ ਨੂੰ ਪੁੱਛੇ ਤਾਂ ਉਹ ਕਵੇ ਇਹ ਵੱਖਰਾ ਰੱਬ ਬਣਾ ਬੈਠਾ ਹੈ। ਇਹ ਕਿਹਨੇ ਸਭ ਕੁਝ ਲਿਖਿਆ ਹੈ, ਇਸ ਗੱਲ ਦਾ ਜੋਸ਼ ਗਵਾ ਬੈਠਾ ਤੇ ਧੱਕੇ ਮਿਲਦੇ ਜਿਉਂਦੇ ਨੂੰ, ਥਾਂ ਥਾਂ ਤੇ ਲੋਕੀ ਪੁੱਜਣਗੇ। ਜਿਉਂਦੇ ਨੂੰ ਪਾਣੀ ਦਿੰਦੇ ਨਹੀਂ, ਮਰਿਆਂ ਦੇ ਪਿੱਛੋਂ ਪੁੱਜਣਗੇ। ਧੰਨਵਾਦ। ਭੁਲਚੁੱਕ ਦਿਖੇਵਾ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਛੋਟੀ ਜਿਹੀ ਬੇਨਤੀ ਹੈ, ਬਹੁਤ ਖੁਸ਼ੀ ਹੈ ਕਿ ਪੰਜਾਬੀ ਕਵੀ ਸਭਾ ਦਾ ਇੱਕ ਨਵਾਂ ਜਨਮ ਹੋ ਰਿਹਾ, ਉਹ ਵੀ ਅੱਜ ਦੇ ਯੁੱਗ ਵਿੱਚ, ਅੱਜ ਦੇ ਜ਼ਮਾਨੇ ਵਿੱਚ ਜਿੱਥੇ ਅਸੀਂ ਪੰਜਾਬੀ ਭੁੱਲੀ ਜਾ ਰਹੇ ਹਾਂ। ਉਪਰੇ ਅਸੀਂ ਜਿਹੜੇ ਸਾਡੇ ਕਸਟਮ ਨੇ ਉਹਨੂੰ ਫੜੀ ਜਾਂਦੇ ਹਾਂ, ਆਪਣੇ ਛੱਡੀ ਜਾਂਦੇ ਹਾਂ। ਗੁਰੂ ਨਾਨਕ ਨੂੰ ਛੱਡ ਕੇ ਅਸੀਂ ਹੋਰਾਂ ਨੂੰ ਫੜੀ ਜਾਂਦੇ ਹਾਂ, ਇਹ ਸਾਡਾ ਹੀ ਨੁਕਸਾਨ ਹੈ। ਅਸੀਂ ਪਛਾਣਿਆ ਨਹੀਂ ਸਾਡੀ ਬੋਲੀ ਕਿੰਨੀ ਮਿੱਠੀ ਹੈ, ਸਾਡੀ ਮਾਂ ਬੋਲੀ। ਘਰਾਂ ਵਿੱਚ ਅਸੀਂ ਪੰਜਾਬੀ ਬੋਲੀਏ, ਗੁਰਦੁਆਰਿਆਂ ਵਿੱਚ ਪੰਜਾਬੀ ਵਿੱਚ ਪ੍ਰਚਾਰ ਕਰੀਏ। ਇੱਦਾਂ ਦੇ ਜਿਹੜੇ ਪ੍ਰੋਗਰਾਮ ਨੇ ਇਹ ਹਰ ਮਹੀਨੇ ਹੋਣੇ ਚਾਹੀਦੇ ਨੇ, ਸਾਲ ਵਿੱਚ ਨਹੀਂ ਇੱਕ ਵਾਰੀ। ਇਹ ਗੁਰੂ ਨਾਨਕ ਸਾਹਿਬ ਦੀ ਬਹੁਤ ਵੱਡੀ ਦਾਤ ਹੈ ਕਿ ਸਾਨੂੰ ਇੰਨੀ ਪਿਆਰੀ ਬੋਲੀ ਬਖਸ਼ੀ ਹੈ। ਇਸ ਬੋਲੀ ਨੂੰ ਵਿਗਾੜੀਏ ਨਾ, ਗਾਲ ਨਾ ਕੱਢੀਏ, ਮਿੱਠੀ ਬਣਾਈਏ। ਮਿੱਠੀ ਬੋਲਾਂਗੇ, ਮਿੱਠੇ ਰਵਾਂਗੇ, ਮਿੱਠੇ ਸਾਡਾ ਸੁਭਾਅ ਹੋਏਗਾ ਅਤੇ ਸਾਡਾ ਜਿਹੜਾ ਜੀਵਨ ਹੈ ਉਹ ਵੀ ਮਿੱਠਾ ਬਣੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਬਲਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਜਿਹਨਾਂ ਨੇ ਡਾਕਟਰ ਆਪਣੀ ਸੰਸਥਾ ਵਿੱਚ ਸ਼ਰਧਾਂਜਲੀ ਭੇਟ ਕੀਤੀ।